ਹਾਂਜੀ ਸੱਜਣੋ ਕੀ ਹਾਲ ਚਾਲ ਆ ਠੀਕ ਹੋ ਸਾਰੇ ਸਾਡੇ ਜ਼ਿੰਮੇਵਾਰ ਦਾਤ ਸਾਡੇ ਮੁਲਕ ਦਾ ਅੱਲਾ ਹੀ ਹਾਫਿਜ਼ਾ ICC اقتصادی رابطہ ਕਮੇਟੀ ਜਿਹਨੇ ਕਣਕ ਦੀ ਜਿਹੜੀ ਆ ਸਪੋਰਟ ਪ੍ਰਾਈਸ ਉਹੀ 3900 ਦੁਬਾਰ ਰੱਖਣ ਦੀ ਸਿਫਾਰਸ਼ ਕਰ ਦਿੱਤੀ ਹੈ ਕਿਉਂਕਿ ਉਹਨੂੰ ਪਤਾ ਕੜਾ ਕਹ ਹੁਣ ਕਾਸ਼ਤ ਹੋ ਗਈ ਆ ਕਣ ਦੀ ਕਾਸ਼ਤ ਮੁਕੰਮਲ ਹੋ ਗਈ ਆ ਹੁਣ ਕੁਛ ਨਹੀਂ ਹੋ ਸਕਦਾ ਜ਼ਿਮੀਂਦਾਰ ਨੇ ਬੀਜ ਲਈ ਆ ਹੁਣ ਜੋ ਮਰਜ਼ੀ ਕਰਨ ਜ਼ਿਮੀਂਦਾਰ ਨੂੰ ਉਮੀਦ ਸੀ ਕਿ ਸ਼ਾਇਦ 4200 ਡੇਕਰ ਚੱਲ ਜਵੇ ਕਿਉਂਕਿ ਹਰ ਚੀਜ਼ ਦਾ ਇਨਪੁਟ ਦਾ ਲਬਾਦੀ ਆ ਤੇ ਰੇਟ ਵੀ ਵਧਣਾ ਚਾਹੀਦਾ ਬੰਦਾ ਇਹਨਾਂ ਨੂੰ ਪੁੱਛੇ ਜਿਹੜੀ ECCE ਦੇ ਵਿੱਚ ਜ਼ਿਮੀਂਦਾਰ ਕਿੰਨੇ ਆ ਜਿਹੜੇ ਜ਼ਿਮੀਂਦਾਰ ਨੂੰ ਰਿਪਰਿਜ਼ੈਂਟ ਕਰਨ ਉੱਥੇ ਉਹਦੇ ਮਿਸਾਲ ਦੱਸਣ ਉਹਦੀ ਇਨਪੁਟ ਕਾਸਟ ਦੱਸਣ ਇਤੋਂ ਮਫਰੂਦੇ ਬਣਾ ਕੇ ਇਹਨਾਂ ਕੋ ਪੁੱਛ ਲੈਂਦੇ ਆ ਜਿਹੜੇ ਤੁਹਾਡੇ ਰਿਸਰਚ ادارے ਆ ਤੁਹਾਡੇ ਐਗਰੀਕਲਚਰ ਡਿਪਾਰਟਮੈਂਟ ਇਹ ਕੀ ਕਰ ਰਿਹਾ ਹੈ ਇਹ ਵੀ ਉੱਥੇ ਕਾਗਜ਼ੀ ਕਾਰਵਾਈ ਪਾਉਂਦੇ ਦਫ਼ਤਰਾਂ ਵਿੱਚ ਬੈਠ ਕੇ ਉੱਥੋਂ ਬਣਾ ਕੇ ਉੱਥੇ ਤੋਂ ਉਹ ਆਪਣਾ ਹੁਕਮ ਆਪਣਾ ਫਰਮਾਨ ਜਾਰੀ ਕਰ ਦਿੰਦਾ ਬਿਊਰੋਕ੍ਰੇਟ ਆਂਦੇ ਆ ਅੱਲਾ ਖੈਰ ਕਰੇ ਹੀਟਰ ਵਾਲੇ ਕੰਮਣਿਆਂ 'ਚ ਬੈੰਦੇ ਆ ਤੇ ਹੁਕਮ ਸਾਧਰ ਕਰਕੇ ਤੇ ਨਿਕਲ ਜਾਂਦੇ ਆ ਬੰਦਾ ਇਹਨਾਂ ਨੂੰ ਪੁੱਛੇ ਕਿ 2023 'ਚ ਜਿਹੜੀ ਕੀਮਤ ਸੀਗੀ ਖਾਦ ਦੀ ਉਹੀ ਹੈ ਜ਼ਿੰਮੇਦਾਰ ਨੇ ਬਾਈ ਜਿਹੜਾ ਹੈ ਸੋਇਆ 23 ਵਿੱਚ ਟੋਟਲ ਬਲੈਕ ਲੈ ਕੇ ਖਾਤ ਪਾਈ ਆ ਉਹ ਵੀ ਲੈਣਾ ਚ ਲਾ ਕੇ ਦਲੀਲ ਹੋ ਕੇ ਡੀਏਪੀ ਦਾ ਰੇਟ ਦੇਖ ਲਓ ਲੇਬਰ ਕੋਸਟ ਦੇਖ ਲਓ ਜਮੀਨਾਂ ਦੇ ਠੇਕੇ ਦੇਖ ਲਓ ਹਰ ਚੀਜ਼ ਵੱਧ ਗਈ ਹੈ ਲੇਕਿਨ ਉਹੀ ਕਣਕ ਤੇ ਉਹੀ ਕੀਮਤ ਕਿਉਂਕਿ ਇਹਦੀ ਵਜੂਹਾਤ ਹੈਗੀਆਂ ਦੋ ਤਿੰਨ ਗਵਰਨਮੈਂਟ ਦਾ ਜਿੰਨਾ ਟਾਰਗੇਟ ਸਿਗਾ ਕਾਸ਼ਤ ਦਾ ਉਸ ਤੋਂ 5 ਲੱਖ ਏਕੜ ਜ਼ਿਆਦਾ ਕਾਸ਼ਤ ਹੋ ਗਈ ਹੈ ਕਣਕ ਇਸ ਦਫਾ ਕਿਉਂਕਿ ਮੱਕੀ ਚੋ ਜ਼ਿੰਮੇਦਾਰ ਇੰਨਾ ਕ ਨੁਕਸਾਨ ਹੋਇਆ ਵਾ ਬਹਾਰੀਆਂ ਮੱਕੀ ਵਾਲੇ ਜ਼ਿੰਮੇਦਾਰ ਕਨਵਰਟ ਹੋ ਕੇ ਇੱਧਰ ਆ ਗਿਆ ਬਾਕੀ ਫਸਲਾਂ ਵਾਲਾ ਵੀ ਉਹਨੇ ਵੀ ਸਾਰੇ ਇੱਧਰ ਆ ਗਏ ਲੇਕਿਨ ਜਿਹੜੇ ਹਾਲਾਤ ਆ ਜਿਸ ਤਰ੍ਹਾਂ ਪਿਛਲੇ ਸਾਲ ਅੱਲਾ ਖੈਰ ਕਰੇ ਪ੍ਰੋਡਕਸ਼ਨ ਆਈ ਸੀਗੀ ਬਹੁਤ ਜ਼ਿਆਦਾ ਐਵਰੇਜ ਨਿਕਲੀ ਸੀ ਮੱਕਣਕ ਦੀ ਕਾਫੀ ਐਫਸੇ ਬਾਅਦ ਇਸ ਤਰ੍ਹਾਂ ਨਿਕਲੀ ਨਾ ਤੇ ਜ਼ਿੰਮੇਦਾਰ ਤਿਆਰ ਹੋ ਜਵੇ ਲੈਣਾ ਚ ਲਾ ਕੇ ਕਣਕ ਗੱਲਿਆਂ ਤੇ ਦੇਣ ਕਿਉਂਕਿ 2-3 ਸਾਲ ਪਿੱਛੇ ਤੁਸੀਂ ਜਾਓਗੇ ਤੁਹਾਡੇ ਕਿਸੇ ਜ਼ਿੰਮੇਦਾਰ ਭੁੱਲ ਵੀ ਜਾਂਦੇ ਨੇ ਜਲਦੀ 2-3 ਸਾਲ ਪਿੱਛੇ ਜਾ ਕੇ ਤੁਹਾਨੂੰ ਪਤਾ ਲੱਗ ਜਾਣਾ ਕਿ ਜ਼ਿੰਮੇਦਾਰ ਕਿਦਾਂ ਗਰਮੀ ਦੇ ਵਿੱਚ ਧੁੱਪੇ ਲੈਣਾਂ ਚ ਲਾ ਕੇ ਪਹਿਲੋ ਬੋਰੇ ਉਥੋਂ ਲੈਂਦਾ ਸੀ ਬੋਰੇ ਲੈਣ ਤੋਂ ਬਾਅਦ ਸਫਾਰਸ਼ਾਂ ਰਿਸ਼ਵਤਾਂ ਦੇ ਕੇ ਤੋਂ ਉੱਥੇ ਇਹਨਾਂ ਨੇ ਕਣਕ ਭਗਤਾਈ ਆ ਗੋਦਾਮਾਂ 'ਚ ਕਣਕ ਲਾਈ ਆ ਉਸ ਤੋਂ ਬਾਅਦ ਪੇਮੈਂਟ ਵਾਲੇ ਜ਼ਲੀਲ ਹੋਇਆ ਜਿੰਨੀ ਪੁਰ ਕਾਸ਼ਤ ਹੋ ਗਈ ਆ ਕਣਕ ਦੀ ਜ਼ਿੰਮੇਦਾਰ ਨੇ ਇਸ ਸਾਲ ਵੀ ਇਹ ਕੋਸ਼ਿਸ਼ ਹੋਣਾ ਇਸ ਮੁਲਕ ਦਾ ਜੋ ਹੈ ਇਸ ਮੁਲਕ ਦਾ ਨਿਜ਼ਾਮ ਜ਼ਿੰਮੇਦਾਰ ਨੂੰ ਜ਼ਲੀਲ ਕਰਨਾ ਕੋਈ ਇਸ ਨੂੰ ਕੋਈ ਫਿਕਰ ਨਹੀਂ ਹੈ ਇਹਨਾਂ ਨੇ ਬਾਤ ਆਪਣਾ ਉਹ ਉਹਨਾਂ ਜਿੱਦਾਂ ਕਹਿੰਦੇ ਹਨ ਨੰਬਰ ਬਣਾਉਣੇ ਆ ਕਿ ਅਸੀਂ ਆਏ ਸੀ ਜਿਹੜੀ ਹਕੂਮਤ ਆ ਗਈ ਅਸੀਂ ਆਏ ਸੀਗੇ ਅਸੀਂ ਦੇਖ ਲਓ ਕੌਣ ਤੇ ਮੁਲਕ ਨੂੰ ਖੁਦ ਕਫੀਲ ਕਰਤਾ ਮੁਲਕ ਨੂੰ ਖੁਦ ਕਫੀਲ ਤੇ ਕਰਦਣ ਲੇਕਿਨ ਤੁਸੀਂ ਜ਼ਿੰਮੇਦਾਰ ਨੂੰ ਨਾ ਉਹਦਾ ਬਿੜਾਗਰ ਕਰ ਦੇਣਾ ਚੱਕਰਾਂ 'ਚ ਜ਼ਿਮੀਦਾਰ ਨੂੰ ਮੀਸੀ ਕੀ ਸ਼ਾ 42 ਹੋ ਜਾਏਗਾ ਕਿਉਂਕਿ ਹਰ ਚੀਜ਼ ਦਾ ਰੇਟ ਵੱਧ ਗਿਆ ਇਹ ਕਣਕ ਦਾ ਰੇਟ ਵੀ ਵੱਧ ਜਾਏਗਾ ਲੇਕਿਨ ਇਹਦਾ ਕੀ ਹੋਏਗਾ ਇਹ ਇੱਕ ਸਾਲ ਤੋਂ ਫਿਰ ਫੀਲ ਹੋ ਜਾਏਗਾ ਅਗਲੇ ਸਾਲਾਂ ਵਿੱਚ ਫੇ ਉਹੀ ਸੂਰਤਿ ਹਾਲ ਹੋਣੀ ਕਿਉਂਕਿ ਜਲੇ ਜ਼ਿਮੀਦਾਰ ਕੋਈ ਬਚਣਾ ਨਹੀਂ ਉਹਨੇ ਕਾ ਤੋ ਇਦਲੀ ਫਿਰ ਤੇ ਜਾਣਾ ਤੇ ਅੱਲਾ ਹੀ ਹਾਫਿਜ਼ਾ ਸਾਡੇ ਜ਼ਿਮੀਦਾਰ ਦਾ ਤੇ ਇਸ ਮੁਲਕ ਦਾ ਸਾਰੇ ਭਰਾ ਅੱਲਾ ਕੋ ਰਹਿਮ ਮੰਗੋਦਾ ਕਿ ਸਾਡੇ ਫੁਕ ਬਣਾਨਾਂ ਨੂੰ ਅੱਲਾ ਤਾਲਾ ਹਦਾਇਤ ਦੇ ਤੋ ਜ਼ਿਮੀਦਾਰਾਂ ਦੇ ਹਾਕਟ ਕੋਈ ਚੰਗਾ ਸੋਚਣ